ਪਛਾਣ ਹੈ ਉਹਨਾਂ ਮੂੰਹ ਬੱਧੇ ਰੁਮਾਲ ਬੱਧੇ ਮੂੰਹ। ਇਹ ਬੱਚੇ ਨੂੰ ਦੋ ਜਿਹੜੇ ਅਣਪਛਾਤੀ ਵਿਅਕਤੀ ਸੀਗੇ ਜਿਨ੍ਹਾਂ ਨੇ ਮੂੰਹ ਬੰਨੇ ਸੀ, ਮੋਟਰਸਾਈਕਲ 'ਤੇ ਕੋਈ ਨੰਬਰ ਪਲੇਟ ਨਹੀਂ ਹੈਗਾ ਸਰ। ਖੇਮਕਰਨ ਵਿੱਚ ਵਾਪਰੀ ਬੱਚੇ ਨੂੰ ਅਗਵਾ ਕਰਨ ਦੀ ਘਟਨਾ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ। ਕਈ ਘੰਟੇ ਬੀਤਣ ਤੇ ਵੀ ਪੁਲਿਸ ਦੇ ਹੱਥ ਖਾਲੀ। ਪੰਜਾਬ ਵਿੱਚ ਬੱਚੇ ਚੁੱਕਣ ਦੀਆਂ ਘਟਨਾਵਾਂ ਵਿੱਚ ਹੁਣ ਸਰਹੱਦੀ ਕਸਬਾ ਖੇਮਕਰਨ ਵੀ ਜੁੜ ਗਿਆ, ਜਿੱਥੋਂ ਦੇ ਨਾਮੀ ਸਕੂਲ ਵਿੱਚ ਪੜ੍ਹਦੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਨੂੰ ਉਸਦੇ ਸਾਥੀ ਵਿਦਿਆਰਥੀਆਂ ਨੇ ਨਾਕਾਮ ਬਣਾ ਦਿੱਤਾ। ਉੱਥੇ ਹੀ ਕਈ ਘੰਟੇ ਬੀਤ ਜਾਣ ਤੇ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਮੁਲਜ਼ਮਾਂ ਦੀ ਭਾਲ ਕਰਨ ਵਿੱਚ ਪੁਲਿਸ ਨਾਕਾਮਯਾਬ ਰਹੀ। ਬੀਤੇ ਦਿਨ ਸਕੂਲ ਟਾਈਮ ਤੇ ਸਕੂਲ ਬੱਸ ਰਾਹੀਂ ਆਪਣੇ ਘਰ ਪਰਤ ਰਹੇ 10 ਸਾਲਾ ਤੁਸ਼ਾਰ ਨਾਮੀ ਲੜਕੇ ਨੂੰ ਦੋ ਅਗਿਆਤ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਚੁੱਕ ਕੇ ਆਪਣੇ ਮੋਟਰਸਾਈਕਲ ਤੇ ਬਿਠਾ ਲਿਆ ਗਿਆ ਸੀ। ਉਸਦੇ ਸਾਥੀ ਵਿਦਿਆਰਥੀਆਂ ਵੱਲੋਂ ਰੌਲਾ ਪਾ ਕੇ ਅਤੇ ਕੋਸ਼ਿਸ਼ ਕਰਕੇ ਉਸਨੂੰ ਛਡਾ ਲਿਆ ਗਿਆ, ਪਰ ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ। ਮੈਂ ਭੱਜਾ ਭੱਜਾ ਗਿਆ ਜਾਣ ਦੇ ਰੌਲਾ ਰੂਲਾ ਪਾਉਂਦੇ ਤੇ ਉਹ ਮੈਨੂੰ ਵੀ ਸਾਨੂੰ ਵੇਖ ਕੇ ਭੱਜ ਗਏ, ਉਹਨਾਂ ਨੇ ਬੰਨਿਆ ਸੀ ਰੁਮਾਲ ਨਾਲ। ਅੱਛਾ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪੁਲਿਸ ਮੁਲਜ਼ਮਾਂ ਨੂੰ ਜਲਦੀ ਕਾਬੂ ਕਰੇ। ਸ਼ਹਿਰ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਖੁਦ ਪੁਲਿਸ ਨੂੰ ਘਟਨਾ ਬਾਰੇ ਦੱਸਿਆ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ, ਜਦ ਮਾਮਲੇ ਦੀ ਜਾਂਚ ਕਰਨ ਨੂੰ ਤਿਆਰ ਹੋਈ, ਪਰ ਪੁਲਿਸ ਮੁਲਜ਼ਮਾਂ ਨੂੰ ਫੜਨ ਜਾਂ ਉਹਨਾਂ ਦਾ ਸੁਰਾਗ ਲਗਾਉਣ ਵਿੱਚ ਅਜੇ ਵੀ ਖਾਲੀ ਹੈ। ਸੁਣਦੇ ਹੋ, ਮੰਗ ਕਰਦੇ ਲੋਅ ਐਂਡ ਆਰਡਰ ਦੀ ਜੋ ਸਥਿਤੀ ਬਣੀ ਵੀ ਹੈ, ਇਸ ਵਕਤ ਪੰਜਾਬ ਨੂੰ ਸੁਧਾਰਿਆ ਜਾਵੇ, ਜੋ ਹਾਲਾਤ ਪੰਜਾਬ ਲਈ ਜਿੱਥੋਂ ਬਾਹਰ ਹੋ ਰਹੇ ਉਹਨੂੰ ਕੰਟਰੋਲ ਕੀਤਾ ਜਾਵੇ। ਅੱਜ ਸਾਡੇ ਬੱਚੇ ਨਾਲ, ਕੱਲ੍ਹ ਕਿਸੇ ਹੋਰ ਬੱਚੇ ਨਾਲ ਵੀ ਕੋਈ ਘਟਨਾ ਵਾਪਰ ਸਕਦੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਵਾਕਿਆ ਖੇਮਕਰਨ ਦੇ ਵਿੱਚ ਕੱਲ੍ਹ 3 ਵਜੇ ਪੂਰੇ 3:10 ਦੇ ਐਗਜੈਕਟ ਬੱਸ ਭਿੱਖੀਵਿੰਡ ਸੈਕਰਡ ਕੌਨਵੈਂਟ ਸਕੂਲ ਤੋਂ ਜਿਹੜੀ ਖੇਮਕਰਨ ਵਿਖੇ ਦੋ ਬੱਸਾਂ ਜਾਂਦੀਆਂ ਨੇ ਉਹ ਬਿਲਕੁਲ 3:10 'ਤੇ ਖੇਮਕਰਨ ਵਿਖੇ ਪਹੁੰਚ ਗਈ ਸੀ। ਇਹ ਬੱਚਾ ਕੋਈ ਖਾਣ ਵਾਸਤੇ ਚੀਜ਼ ਵੇਰਕਾ ਬੋਰਡ ਤੋਂ ਲੈਣ ਗਿਆ ਅਤੇ ਵਾਪਸ ਜਦੋਂ ਆ ਰਿਹਾ ਸੀ ਉਹਨੇ ਰਸਤੇ ਦੇ ਵਿੱਚ ਮੇਨ ਸੜਕ 'ਤੇ ਇਹ ਬੱਚੇ ਨੂੰ ਦੋ ਜਿਹੜੇ ਅਣਪਛਾਤੀ ਵਿਅਕਤੀ ਸੀਗੇ ਜਿਨ੍ਹਾਂ ਨੇ ਮੂੰਹ ਬੰਨੇ ਸੀ ਮੋਟਰਸਾਈਕਲ 'ਤੇ ਕੋਈ ਨੰਬਰ ਪਲੇਟ ਨਹੀਂ ਹੈਗਾ ਸੀ ਉਹਨਾਂ ਦਾ, ਉਹਨਾਂ ਨੇ ਬੱਚੇ ਨੂੰ ਪਿੱਛੋਂ ਬੈਗ ਤੋਂ ਫੜ ਕੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਣੇ ਮੋਟਰਸਾਈਕਲ 'ਤੇ ਬਿਠਾਉਣ ਦੀ। ਉਹਦਾ ਦੋਸਤ ਜਿਹੜਾ ਪਿੱਛੋਂ ਥੋੜ੍ਹੇ ਫਾਸਲੇ 'ਤੇ 8-10 ਫੁੱਟ ਦੇ ਫਾਸਲੇ ਤੋਂ ਪਿੱਛੋਂ ਆ ਰਿਹਾ ਸੀ ਉਹਨੇ ਆਪਣਾ ਬੈਗ ਸੁੱਟ ਕੇ ਇਸ ਬੱਚੇ ਨੂੰ ਫਟਾਫਟ ਤੁਸ਼ਾਰ ਨੂੰ ਲੱਤਾਂ ਤੋਂ ਫੜਿਆ ਅਤੇ ਉਹਨਾਂ ਦੇ ਚੁੰਬਲ ਤੋਂ ਛੁਡਾਇਆ। ਉਸ ਤੋਂ ਬਾਅਦ ਦੇ ਵਿੱਚ ਇਹ ਉਹਨਾਂ ਦੇ ਪੇਰੈਂਟਸ ਨੇ ਜਿਨ੍ਹਾਂ ਨੇ ਇੱਥੋਂ ਦੇ ਮੌਜੂਦਾ ਪ੍ਰੈਜੀਡੈਂਟ ਨਾਲ ਗੱਲ ਕੀਤੀ, ਜਿਨ੍ਹਾਂ ਨੇ ਐੱਸ ਐੱਚ ਓ ਸਾਹਿਬ ਨਾਲ ਗੱਲ ਕਰਕੇ 4:20 ਤੋਂ ਉਹਨਾਂ ਕਾਲ ਕੀਤੀ ਅਤੇ ਐੱਸ ਐੱਚ ਓ ਨੇ ਉਸ ਤੋਂ ਬਾਅਦ ਦੇ ਵਿੱਚ ਇਸ ਗੱਲ ਨੂੰ ਕੋਈ ਡੀਪਲੀ ਜ਼ਿਆਦਾ ਨਹੀਂ ਲਿਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਸਾਰੇ ਸ਼ਹਿਰ ਦੇ ਵਿੱਚ ਇਹ ਖਬਰ ਅੱਗ ਵਾਂਗੂ ਇਲਾਕਿਆਂ ਵਿੱਚ ਫੈਲ ਗਈ ਅਤੇ 5:30 ਕਰੀਬ ਮੈਂ DSP ਭਿੱਖੀਵਿੰਡ ਨਾਲ ਗੱਲ ਕੀਤੀ ਫੋਨ 'ਤੇ ਕਿ ਇੱਦਾਂ ਦਾ ਇਹ ਵਾਕਿਆ ਖੇਮਕਰਨ ਦੇ ਵਿੱਚ ਹੋ ਚੱਲਿਆ ਸੀਗਾ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਕਿਸੇ ਗੱਲ ਦਾ ਕੋਈ ਵਿਸ਼ਵਾਸ ਨਹੀਂ ਦਵਾਇਆ ਗਿਆ। ਉਹਨਾਂ ਨੇ ਉਸੇ ਵੇਲੇ ਕਿਹਾ ਕਿ ਮੈਂ ਤੁਹਾਡੇ ਕੋਲ 20-25 ਮਿੰਟ ਦੇ ਵਿੱਚ ਖੇਮਕਰਨ ਵਿਜ਼ਿਟ ਕਰ ਰਿਹਾ, ਮੈਂ ਤੁਹਾਡੇ ਕੋਲ ਪਹੁੰਚ ਰਿਹਾ।
ਉਹ ਸਾਡੇ ਕੋਲ ਆਏ। ਉਸ ਤੋਂ ਬਾਅਦ ਦੇ ਵਿੱਚ SHO ਥਾਣਾ ਖੇਮਕਰਨ ਸਾਡੇ ਕੋਲ ਬਾਅਦ 'ਚ ਪਹੁੰਚਿਆ। ਮੌਕੇ ਵਾਰਦਾਤ 'ਤੇ ਉਹਨਾਂ ਨੂੰ ਦਿਖਾਇਆ ਗਿਆ ਪ੍ਰਧਾਨ ਪਰਮਜੀਤ ਸਿੰਘ ਸੰਧੂ ਦੇ ਗੇਟ ਦੇ ਬਾਹਰ ਇਹ ਵਾਰਦਾਤ ਹੋਣ ਜਾਰੀ ਸੀ, ਜਿੱਥੇ ਕਿ CCTV ਕੈਮਰੇ ਵੀ ਲੱਗੇ ਹੋਏ ਨੇ ਪਰ ਇਸ ਮੌਕੇ 'ਤੇ ਉਹ ਨਹੀਂ ਸੀ ਚੱਲ ਰਹੇ। ਮੇਨ ਰੋਡ 'ਤੇ ਜਿਹੜੇ CCTV ਕੈਮਰੇ ਚੱਲਦੇ ਸੀ ਉਹਨਾਂ ਦੀ ਫੁਟੇਜ ਵੀ ਅਸੀਂ ਪੁਲਿਸ ਨੂੰ ਆਪਣੇ ਹੱਥ ਨਾਲ ਕਢਵਾ ਕੇ ਦਿੱਤੀ। ਉਹ ਵੀਡੀਓ ਫੋਟੋ ਸਾਰੀਆਂ ਅਸੀਂ ਉਹਨਾਂ ਨੂੰ ਪੁਲਿਸ ਦੇ ਹੈਂਡ ਕਹਿ ਲਿਆ। ਦਹਿਸ਼ਤ ਦਾ ਮਾਹੌਲ ਸਾਡਾ ਖਤਮ ਹੋ ਸਕੇ। ਸਾਡੇ ਜਿਹੜੇ ਬੱਚੇ ਆ ਸਕੂਲ ਜਾ ਰਹੇ ਨੇ ਪਰ ਉਹਨਾਂ ਦਾ ਧਿਆਨ ਇਸੇ ਗੱਲ ਦੇ ਵਿੱਚ ਆ ਕਿ ਉਹ ਕੇਸ ਦਾ ਕੀ ਹੋਇਆ, ਉਹ ਬੰਦੇ ਜੇ ਫੜੇ ਗਏ ਕਿ ਨਹੀਂ ਫੜੇ ਗਏ। ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਬਿਲਕੁਲ ਏਦਾਂ ਦਾ ਬਿਲਕੁਲ ਢਿੱਲਾ ਵਤੀਰਾ ਵਰਤਿਆ। ਖੇਮਕਰਨ ਦੇ SHO ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ CCTV ਅਤੇ ਹੋਰ ਪ੍ਰਤੱਖ ਦਰਸ਼ੀਆਂ ਦੀ ਜਾਣਕਾਰੀ ਡਰ ਦੇ ਆਧਾਰ ਤੇ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਜਲਦੀ ਕਾਬੂ ਕਰ ਲਏ। ਸਾਡੇ 3:30 ਵਜੇ ਕਰੀਬ ਬੱਸ ਆਉਂਦੀ ਉੱਥੋਂ ਤੇ ਜਦੋਂ ਬੱਸ ਉੱਤਰਿਆ ਬਾਕੀ ਬੱਚੇ ਆਪਣੇ ਘਰਾਂ ਦੇ ਜਾਂਦੇ ਸੀ ਵੀ ਉੱਤਰ ਕੇ ਜਾ ਰਿਹਾ ਸੀ। ਇੱਥੇ ਲੱਗੇ ਡੇਰੀ ਆ ਵੇਰਕਾ ਡੇਰੀ, ਉੱਥੋਂ ਕੋਈ ਖਰੀਦਣ ਲੱਗਾ ਸੀ, ਉੱਥੋਂ ਚੱਲਿਆ ਕਾਲੇ 'ਚ ਕਹਿੰਦੇ ਮਗਰੋਂ ਮੋਟਰਸਾਈਕਲ ਆਇਆ, ਕੋਈ ਮੂੰਹ ਬੰਨਿਆ, ਨਾਮ ਨੂੰ ਨਹੀਂ ਪਤਾ ਲੱਗਾ, ਨੰਬਰ ਕਿਹੜਾ ਨੰਬਰ, ਵੀ ਉਹਨੇ ਬੱਚੇ ਦੇ ਬੈਗ ਨੂੰ ਹੱਥ ਪਾਇਆ ਅਤੇ ਜਿਹੜੇ ਦੂਜੇ ਮੁੰਡੇ ਲੱਗੇ ਜਦੋਂ ਇਹਨੇ ਆਵਾਜ਼ ਮਾਰੀ ਹੈ ਤਾਂ ਉਹਨਾਂ ਨੂੰ ਗਾਂ ਕੱਢੀਆਂ ਅਤੇ ਫਿਰ ਉਹ ਮੋਟਰਸਾਈਕਲ 'ਤੇ ਜਾ ਕੇ ਲੈ ਗਏ। ਉਦੋਂ ਮੁੜ ਕੇ ਸਾਨੂੰ ਫੋਨ ਕਿਹਾ ਵਾ, ਅਸੀਂ ਮੀਟਿੰਗ ਸੀ, ਮੀਟਿੰਗ ਤੋਂ ਬਾਅਦ ਮੁੜ ਕੇ ਡਿਪਟੀ ਸਾਹਿਬ ਵੀ ਆ ਗਏ ਆ, ਉਹ ਤੋਂ ਬਾਅਦ ਮੰਨੀ ਆ ਗਿਆ, ਸਾਡੀ ਪੁਲਿਸ ਵੀ ਗਈ ਆ। ਹੁਣ ਜਿਹੜਾ ਸ਼ੱਕੀ ਬੰਦੇ ਤਾਂ ਅਸੀਂ ਰੇਡ ਕਰਦੇ ਹਾਂ, ਜੋ ਵੀ ਸਾਹਮਣੇ ਤੁਰਕੀ ਜਾ ਰਹੂਗੀ ਉਹ ਸਾਰਿਆਂ ਦੇ ਸਾਹਮਣੇ ਹੋਈ। 365 ਜਾਮ ਲਾਈ ਆ, ਚੁੱਕਣ ਦੀ ਕੋਸ਼ਿਸ਼ ਕੀਤੀ ਆ IPC। ਖੇਮਕਰਨ ਤੋਂ ਹੀਰਾਕੰਡਾ, ਜਿਵੇਂ ਪੰਜਾਬ TV।